ਮੁੰਡਿਆਂ ਨਾਲ ਛੇੜਛਾੜਨੀ ਥੋੜੇ ਜਿਹੇ ਸੁਭਾਅ ਦੇ ਤਾਂ ਹੀ ਤੱਤੇ ਹੋ ਗਏ ਆਂਟੀਆਂ ਦੀ ਬੌਡੀ ਵਾਈਬ੍ਰੇਟ ਕਰਦੀ ਆ ਬੀਵੀ ਕੱਤੀ ਵਾਲੇ ਬੋਨੇ ਇਕੱਠੇ ਹੋ ਗਏ ਪਹਿਲਾਂ ਤਾਂ ਤੁਹਾਡਾ ਵਿਰਸਾ ਟੀਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਤੁਹਾਡਾ ਹੋਸਟ ਤੇ ਦੋਸਤ ਜੌਲ ਪਿਛਲੇ ਕਈ ਦਿਨਾਂ ਤੋਂ ਸਿੱਧੂ ਮੂਸੇਵਾਲ ਦਾ ਮੁੱਦਾ ਕਾਫੀ ਜ਼ਿਆਦਾ ਗਰਮ ਹੋ ਰਿਹਾ ਤੇ ਮੁੱਦਾ ਗਰਮ ਹੋ ਰਿਹਾ ਆੜਮ ਮੁਟਿਆਰਾਂ ਦੀ ਫਿਲਮ ਦੇ ਜੱਟੀ ਜੂਣਾ ਮੋਰ ਵਰਗੀ ਗਾਣੇ ਦੇ ਕਰਕੇ ਕਿਉਂਕਿ ਸਿੱਖ ਜਥੇਬੰਦੀਆਂ ਦਾ ਕਹਿਣਾ ਇਸ ਗਾਣੇ ਦੇ ਵਿੱਚ ਮਾਈ ਭਾਗੋ ਦਾ ਜ਼ਿਕਰ ਕੀਤਾ ਗਿਆ ਜਿਸ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਸਿੱਧੂ ਮੂਸੇਵਾਲੇ ਨੇ ਜਿੱਥੇ ਇਸ ਗਾਣੇ ਦੇ ਕਰਕੇ ਸਿੱਧੂ ਮੂਸੇਵਾਲੇ ਨੇ ਮਾਫੀ ਮੰਗੀ ਤੇ ਉੱਥੇ ਸਿੱਖ ਜਥੇਬੰਦੀਆਂ ਨੇ ਸਿੱਧੂ ਮੂਸੇਵਾਲੇ ਘਰ ਨੂੰ ਘੇਰਾ ਪਾਇਆ ਤੇ ਇਸ ਤੋਂ ਬਾਅਦ ਹੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਜੀ ਦੇ ਕੋਲੋਂ ਵੀ ਮਾਫੀ ਮੰਗਵਾਈ ਗਈ ਤੇ ਹੁਣ ਇਸ ਮੁੱਦੇ ਦੇ ਚੱਲਦੇ ਪੰਜਾਬੀ ਸਿੰਗਰ ਆਰ ਨੇਤ ਨੇ ਵੀ ਸਟੋਰੀ ਪਾਈ ਆ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਲਿਖਿਆ ਇਨਸਾਨ ਗਲਤੀਆਂ ਦਾ ਪੁਤਲਾ ਹੁੰਦਾ ਹੈ ਕਿਸੇ ਕੋਲ ਵੀ ਹੋ ਸਕਦੀ ਹੈ ਵੱਡੀ ਗੱਲ ਨਹੀਂ ਗਲਤੀਆਂ ਕਰਕੇ ਬੰਦਾ ਕਬੂਲ ਕਰ ਲਵੇ ਤੇ ਮਾਂ ਬਾਪ ਵੀ ਹੱਥ ਜੋੜ ਕੇ ਮਾਫੀ ਮੰਗ ਲਏ ਤਾਂ ਉਸ ਤੋਂ ਬਾਅਦ ਕੁਛ ਨਹੀਂ ਰਹਿ ਜਾਂਦਾ ਸਿੱਧੂ ਵੀ ਤੁਹਾਡਾ ਬੱਚਾ ਹੀ ਹੈ ਤੇ ਭਰਾ ਹੀ ਹੈ ਆਪਾਂ ਆਪਣੇ ਭਰਾ ਨੂੰ ਜੋੜ ਕੇ ਰੱਖਣਾ ਹੈ ਸੋ ਉਸ ਨੂੰ ਮਾਫ ਕੀਤਾ ਜਾਵੇ ਵਾਹਿਗੁਰੂ ਮਿਹਰ ਕਰੇ ਸਭ ਤੇ ਇਹ ਤਾਂ ਸੀ ਸਿੱਧੂ ਮੂਸੇਵਾਲੇ ਗਰਮ ਹੋਏ ਮੁੱਦੇ ਨੂੰ ਲੈ ਕੇ ਇੱਕ ਨਵੀਂ ਅਪਡੇਟ ਤੁਹਾਡਾ ਇਸ ਮੁੱਦੇ ਬਾਰੇ ਕੀ ਵਿਚਾਰ ਆ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਹੁਣ ਤੱਕ ਲਈ ਇੰਨਾ ਹੀ ਜਦ ਤੱਕ ਤੁਸੀਂ ਦੇਖਦੇ ਰਹੋ ਵਿਰਸਾ ਟੀਵੀ ਮਾਈ ਭਾਗੋ ਜਿਹੀ ਆ ਤਸੀਰ ਮੁੰਡਿਆ ਪਰੀਆਂ ਜੇ ਪੈਂਦੇ ਜੇ ਭੁਲੇਖੇ ਮੁੱਖ ਦੇ ਆਓ ਚੱਕੀ ਜਾਣੇ ਮੋੜ ਦੀ ਬੰਦੂਕ ਵਰਗੀ।